ਸਾਰਿਆਂ ਨੂੰ ਜੈ ਸ਼੍ਰੀ ਰਾਮ। ਮੈਂ ਸ਼ਿਵਾਏ ਅਖਲ ਸਨਾਤਨ ਹਿੰਦੂ ਰਕਸ਼ਾ ਦਲ ਦਾ ਰਾਸ਼ਟਰੀ ਪ੍ਰਧਾਨ। ਮੇਰੇ ਨਾਲ ਸ਼੍ਰੀ ਡਾਕਟਰ ਰਿਸ਼ਪਾਲ ਜੀ, ਵਾਈਸ ਪ੍ਰਧਾਨ ਪੰਜਾਬ। ਅਸੀਂ ਜਿਹੜਾ ਅਖਲ ਸਨਾਤਨ ਬਲ ਧਰਮ ਵੱਲੋਂ ਅਸੀਂ ਸਾਰੇ ਦੇਸ਼ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਜਿਹੜੇ ਸਾਡੇ ਭੈਣ ਭਰਾ ਵਿਦੇਸ਼ ਬੈਠੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਸਭ ਤੋਂ ਪਹਿਲਾਂ ਵਧਾਈਆਂ ਸਾਡੀ ਆਰਮੀ ਨੂੰ, ਪੈਰਾਮਿਲਟਰੀ ਨੂੰ, ਨੇਵੀ ਨੂੰ, ਜਿਹੜੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ, ਸਾਡੀ ਰੱਖਿਆ ਕਰਦੇ ਆ, ਜਿਨ੍ਹਾਂ ਦੀ ਖਾਤਰ ਸਾਡਾ ਅੱਜ ਦਾ ਦੇਸ਼ ਦਾ ਵਜੂਦ ਹੈ, ਸਾਡਾ ਵਜੂਦ ਹੈ। ਇਨ ਸਾਰੀਆਂ ਨੂੰ, ਫੋਰਸਾਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਸਾਡੀ ਪੰਜਾਬ ਪੁਲਿਸ ਅਤੇ ਹੋਰ ਜਿੰਨੀ ਵੀ ਪੁਲਿਸ ਸਾਰੇ ਸਟੇਟਾਂ ਦੀ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਪੁਲਿਸ ਦੀ ਬਹੁਤ ਬੜੀ ਭੂਮਿਕਾ ਹੁੰਦੀ ਆ, ਕਿਉਂਕਿ ਸ਼ਹਿਰ ਦੇ ਵਿੱਚ ਜਿੰਨੀ ਵੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਨਿਖੇਲ ਪਾਈ ਜਾਂਦੀ ਆ। ਸਾਡੀਆਂ ਭੈਣਾਂ, ਸਾਡੇ ਭਰਾ, ਸਾਡੇ ਘਰ ਸਾਰੇ ਹੀ ਸੇਫ ਚੱਲਦੇ ਆ। ਅਤੇ ਅਸੀਂ ਸਪੈਸ਼ਲੀ ਪਟਿਆਲਾ ਜ਼ਿਲ੍ਹਾ ਦੇ ਸਾਡੇ ਸ਼੍ਰੀ ਵਰੁਣ ਸ਼ਰਮਾ ਜੀ, SSP ਸਾਹਿਬ, ਉਹਨਾਂ ਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅਤੇ ਅਸੀਂ ਉਹਨਾਂ ਲਈ ਬਹੁਤ ਧੰਨਵਾਦ ਕਰਦੇ ਹਾਂ ਕਿ ਪਿੱਛੇ ਜੇ ਉਹਨਾਂ ਨੇ ਕਾਫੀ ਜ਼ਿਆਦਾ ਨਸ਼ੇ 'ਤੇ ਨਿਖੇਲ ਪਾਈ ਆ। ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਵੇਲੇ ਸਾਡੀ ਜ਼ਿਲ੍ਹਾ ਪਟਿਆਲਾ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਪਟਿਆਲਾ ਸ਼ਹਿਰ ਦੇ ਵਿੱਚ ਜਿੰਨੇ ਵੀ ਨਸ਼ਾ ਦੀ ਤਸਕਰੀ ਕਰਦੇ ਆ ਜਾਂ ਨਸ਼ਾ ਵੇਚਦੇ ਆ ਉਹਨਾਂ 'ਤੇ ਨਿਖੇਲ ਜਿਹੜੀ ਉਹਨਾਂ ਨੇ ਪਾਈ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਪਣੇ ਅਖਲ ਸਨਾਤਨ ਹਿੰਦੂ ਰਕਸ਼ਾ ਦਲ ਵੱਲੋਂ ਸਾਰੇ ਦੇਸ਼ ਨਿਵਾਸੀਆਂ ਨੂੰ, ਸਾਰੇ ਭਰਾਵਾਂ ਨੂੰ, ਜਿੰਨੇ ਵੀ ਸੰਗਠਨ ਆ ਉਹਨਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਜੈ ਸ਼੍ਰੀ ਰਾਮ।